ਅੰਦੋਲਨ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਰਵਣ ਸਿੰਘ ਪੰਧੇਰ ਦੇ ਵੱਲੋਂ ਨਿਊਜ਼ 18 ਤੇ ਵੱਡਾ ਬਿਆਨ ਸਾਂਝਾ ਕੀਤਾ ਗਿਆ ਹੈ। ਦੱਸ ਦਈਏ ਕਿ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਕਿਸਾਨ ਹੁਣ ਬੈਰੀਕੇਡ ਤੋੜ ਕੇ ਦਿੱਲੀ ਨਹੀਂ ਜਾਣਗੇ, ਟਕਰਾਅ ਨਹੀਂ ਕਰਨਗੇ। ਕਿਹਾ ਗਿਆ ਹੈ ਕਿ ਉਹ ਬੈਰੀਕੇਡ ਨਹੀਂ ਤੋੜਨਗੇ, ਭਾਵ ਕਿ ਜਿਹੜਾ ਰਸਤਾ ਰੋਕਿਆ ਗਿਆ ਹੈ ਸ਼ੰਭੂ ਬਾਰਡਰ ਦੇ ਉੱਤੇ, ਖਨੌਰੀ ਬਾਰਡਰ ਦੇ ਉੱਤੇ ਹਰਿਆਣਾ ਪੁਲਿਸ ਦੇ ਵੱਲੋਂ, ਉਸ ਨੂੰ ਤੋੜਿਆ ਨਹੀਂ ਜਾਵੇਗਾ। ਜੇਕਰ ਸਰਕਾਰ ਖੁਦ ਬੈਰੀਕੇਡ ਹਟਾਏਗੀ ਤਾਂ ਹੀ ਉਹ ਦਿੱਲੀ ਜਾਣਗੇ। ਤਾਂ ਵੱਡੀ ਖਬਰ ਹੈ ਸਰਵਣ ਸਿੰਘ ਪੰਧੇਰ ਦੇ ਵੱਲੋਂ ਨਿਊਜ਼ 18 ਤੇ ਇਹ ਵੱਡਾ ਐਲਾਨ ਕੀਤਾ ਗਿਆ ਹੈ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਹੀ ਹਾਲੇ ਪੱਕਾ ਮੋਰਚਾ ਲੱਗਿਆ ਰਹੇਗਾ। ਕਿਸਾਨ ਹੁਣ ਬੈਰੀਕੇਡ ਨਹੀਂ ਤੋੜਨਗੇ ਤੇ ਨਾ ਹੀ ਬੈਰੀਕੇਡ ਤੋੜਨ ਲਈ ਅੱਗੇ ਵਧਣਗੇ। ਸਰਕਾਰ ਆਪ ਰਸਤਾ ਖੋਲੇਗੀ ਤਾਂ ਹੀ ਦਿੱਲੀ ਜਾਣਗੇ ਕਿਸਾਨ, ਅਤੇ ਜਿੱਤਣ ਤੱਕ ਬਾਰਡਰਾਂ ਤੇ ਹੀ ਪੱਕਾ ਮੋਰਚਾ ਲੱਗਿਆ ਰਹੇਗਾ। ਤਾਂ ਸਰਵਣ ਸਿੰਘ ਪੰਧੇਰ ਦੇ ਵੱਲੋਂ ਨਿਊਜ਼ 18 ਤੇ ਇਹ ਖਾਸ ਗੱਲਬਾਤ ਕੀਤੀ ਗਈ ਹੈ। ਤਾਂ ਨਪਿੰਦਰ ਸਿੰਘ ਬਰਾੜ ਦੇ ਨਾਲ ਗੱਲਬਾਤ ਕੀਤੀ ਗਈ ਹੈ ਸਰਵਣ ਸਿੰਘ ਪੰਧੇਰ ਦੇ ਵੱਲੋਂ, ਤੇ ਉਹਨਾਂ ਨੇ ਇਹ ਬਿਆਨ ਸਾਂਝਾ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਅਸੀਂ ਟਕਰਾਅ ਨਹੀਂ ਚਾਹੁੰਦੇ, ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਮਾਂ ਦਾ ਪੁੱਤ ਇੱਥੇ ਸ਼ਹੀਦ ਹੋਵੇ। ਤਾਂ ਦੱਸ ਦਈਏ ਕਿ ਸ਼ੁਭਕਰਨ ਸਿੰਘ ਸ਼ਹੀਦ ਹੋ ਗਿਆ ਸੀ ਇਸ ਦੌਰਾਨ, ਤੇ ਦੂਜੇ ਪਾਸੇ ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਵੀ ਕਈ ਤਲਖ ਟਿੱਪਣੀਆਂ ਕੀਤੀਆਂ ਗਈਆਂ ਸਨ ਕਿ ਬੱਚਿਆਂ ਨੂੰ ਅੱਗੇ ਕੀਤਾ ਜਾ ਰਿਹਾ ਹੈ ਕਿਸਾਨ ਆਗੂਆਂ ਦੇ ਵੱਲੋਂ, ਤੇ ਬੱਚਿਆਂ ਦੇ ਹੱਥਾਂ ਦੇ ਵਿੱਚ ਹਥਿਆਰ ਫੜਾਏ ਜਾ ਰਹੇ ਨੇ। ਤਾਂ ਹੁਣ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਕਿਸਾਨ ਟਕਰਾਅ ਨਹੀਂ ਕਰਨਗੇ ਤਾਂ ਬੈਰੀਕੇਡ ਨਹੀਂ ਤੋੜਨਗੇ, ਅੱਗੇ ਬੈਰੀਕੇਡ ਤੋੜਨ ਲਈ ਨਹੀਂ ਵਧਣਗੇ, ਦਿੱਲੀ ਉਦੋਂ ਤੱਕ ਨਹੀਂ ਜਾਣਗੇ ਜਦੋਂ ਤੱਕ ਬੈਰੀਕੇਡ ਨਹੀਂ ਹਟਾਏ ਜਾਂਦੇ। ਤਾਂ ਹੁਣ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਹੀ ਪੱਕਾ ਮੋਰਚਾ ਰਹੇਗਾ। ਹੋਰ ਕੀ ਕੁਝ ਕਿਹਾ ਹੈ ਸਰਵਣ ਸਿੰਘ ਪੰਧੇਰ ਨੇ ਤੁਹਾਨੂੰ ਸੁਣਾਉਂਦੇ ਹਾਂ। ਪੱਕਾ ਮੋਰਚਾ, ਜਿੱਦਣ ਸਰਕਾਰ ਰਾਹ ਦਊਗੀ ਸਾਨੂੰ ਰਾਹ ਖੋਲ ਦੂ, ਅਸੀਂ ਦਿੱਲੀ ਜਾਣ ਵਾਲੀ ਗੱਲ ਤੇ ਕਾਇਮ ਆ। ਬੈਰੀਕੇਡ ਨਹੀਂ ਤੋੜੋਗੇ? ਨਾ, ਟਕਰਾਅ ਪੈਦਾ ਕਰਕੇ ਬੁਲਟ ਦੀ ਰਿਸਕ ਤੇ ਨਹੀਂ ਹੋਵਾਂਗੇ ਵਧਾਂਗੇ, ਠੀਕ ਹੈ। ਤਾਂ ਅਸੀਂ ਅੰਦੋਲਨ ਲੜੇ ਆ, ਅੰਦੋਲਨ ਵਿੱਚ ਝੰਡਾ ਡੰਡਾ ਵਾ, ਹਲਕਾ ਫੁਲਕਾ ਤੁਹਾਡੇ ਤੇ ਪਾਣੀ ਮਾਰ ਜਾਂਦੀ ਕੋਈ ਗੱਲ ਨਹੀਂ, ਹੰਝੂ ਗੈਸ ਮਾੜਾ ਮੋਟਾ ਵੱਜ ਜਾਂਦਾ ਕੋਈ ਗੱਲ ਨਹੀਂ, ਹਲਕਾ ਫੁਲਕਾ ਲਾਠੀ ਚਾਰਜ ਹੁੰਦਾ ਇੰਨਾ ਝੱਲ ਲੈਂਦੇ ਆ। ਜਦੋਂ ਸਰਕਾਰ ਸਿੱਧੀ ਬੁਲਟ ਚਲਾਉਂਦੀ ਆ ਭਾਈ, ਨਿਹੱਤੇ ਲੋਕਾਂ ਦਾ ਸਿੱਧੀਆਂ ਗੋਲੀਆਂ ਦਾ ਕੋਈ ਮੁਕਾਬਲਾ ਨਹੀਂ ਹੁੰਦਾ। ਇਸ ਰਿਸਕ ਤੇ ਅਸੀਂ ਦਿੱਲੀ ਵੱਲ ਨੂੰ ਨਹੀਂ ਵਧਾਂਗੇ। ਔਰ ਜਦੋਂ ਸਰਕਾਰ ਇਹ ਰਾਹ ਖੋਲੂਗੀ ਉਦੋਂ, ਹੁਣ ਇਹ ਰਸਤਾ ਸਰਕਾਰ ਦੀ ਗਲੇ ਦੀ ਹੱਡੀ ਬਣਿਆ। ਅੱਜ ਸਾਡੀ ਪ੍ਰਸੈਸ਼ਨ ਹੈ ਕਿ ਅਸੀਂ ਰਾਹ ਰੋਕਿਆ, ਹੁਣ ਉਹਨਾਂ ਨੇ ਰੋਕਿਆ। ਹੁਣ ਜਦੋਂ ਅਸੀਂ ਰਾਹ ਇੱਥੇ ਪੱਕਾ ਮੋਰਚਾ ਲਾਉਣ ਦਾ ਫੈਸਲਾ ਕਰ ਲਿਆ, ਫਿਰ ਦਿੱਲੀ ਨੂੰ ਕੋ ਘੇਰ ਕੇ ਰੱਖਿਆ? ਅਸੀਂ ਤਾਂ ਕਹਿੰਦੇ ਤੁਹਾਡੇ ਮਾਧਵ ਰਾਏ ਵੀ, ਅਸੀਂ ਸਾਡਾ ਭਾਈ ਤੁਹਾਨੂੰ ਅਪੀਲ ਆ ਵੀ ਦਿੱਲੀ ਵਾਲੇ ਰਾਹ ਸਾਰੇ ਖੋਲੋ, ਅਸੀਂ ਤਾਂ ਥੋੜ੍ਹੇ ਤੋਂ 250 ਕਿਲੋਮੀਟਰ ਦੇ ਇਹ ਬਾਰਡਰਾਂ ਦੇ ਪਿੱਛੇ ਜਿੰਨੇ ਵੀ ਤੁਸੀਂ ਲਾਏ ਬੈਰੀਕੇਡ ਉਹ ਖੋਲ ਦਿਓ। ਹਰਿਆਣੇ ਦੇ ਵਿੱਚੋਂ 70,000 ਅਰਧ ਸੈਨਿਕ ਫੋਰਸ ਕੱਢ ਲਓ, ਕਿਉਂਕਿ ਸਾਡਾ ਤੇ ਲਾਣੇ ਅਸੀਂ ਬੈਠਾਂਗੇ। ਜਿੰਨਾ ਚਿਰ ਤੁਸੀਂ ਨਹੀਂ ਖੋਲੋਗੇ ਉਹਨਾਂ ਚਿਰ ਅਸੀਂ ਅੱਗੇ ਨਹੀਂ ਵਧਾਂਗੇ। ਇਹ ਹੁਣ ਇੱਥੋਂ ਅੰਦੋਲਨ ਚਾਹੇ ਉਹ ਮਹੀਨਾ ਰਾਹ ਨਾ ਖੁੱਲੇ, 2 ਮਹੀਨੇ, 6 ਮਹੀਨੇ, ਤਾਂ ਇੱਕ ਮੰਨੀਏ ਵੀ ਹੁਣ ਤੁਸੀਂ ਇੱਥੇ ਇੱਕ ਲੰਬਾ ਅੰਦੋਲਨ ਚਲਾਓਗੇ ਪਿਛਲੀ ਵਾਰ। ਬਿਲਕੁਲ, ਇੱਥੋਂ ਇੱਕ ਲੰਬਾ ਅੰਦੋਲਨ ਚੱਲੂਗਾ ਔਰ ਦੁਨੀਆਂ ਦੇ ਅੱਗੇ ਪੇਸ਼ ਕਰਾਂਗੇ ਵੀ ਜਿਹੜੀ ਪੰਜਾਬ ਦੀ ਅਰਧ ਵਿਵਸਥਾ ਦਾ ਨੁਕਸਾਨ ਕਰ ਰਹੀ ਹੈ ਤਾਂ ਕੇਂਦਰ ਕਰ ਰਿਹਾ, ਸਾਡੀਆਂ ਮੰਡੀਆਂ, ਸਾਡਾ ਬੜਾ ਵਪਾਰ ਆਉਣਾ ਜਾਣਾ, ਸਾਡੇ ਵਪਾਰੀ ਜਾਂ ਦਿੱਲੀ ਦੇ ਵਪਾਰੀ ਜਾਂ ਪੂਰੇ ਹਰਿਆਣੇ ਨੂੰ ਜਿਵੇਂ ਇੱਕ ਮਤਲਬ ਖੁੱਲੀ ਜੇਲ੍ਹ 'ਚ ਬਦਲਿਆ, ਇਹਦੇ ਲਈ ਸਰਕਾਰ ਜ਼ਿੰਮੇਵਾਰ, ਅਸੀਂ ਨਹੀਂ ਜ਼ਿੰਮੇਵਾਰ। ਅਸੀਂ ਤਾਂ ਫੈਸਲਾ ਕਰ ਲਿਆ ਵੀ ਅਸੀਂ ਬਹਿ ਗਏ ਬਾਈ, ਠੀਕ ਆ। ਅੱਗੇ ਦੀ ਕੋਈ ਰੂਪਰੇਖਾ ਕਿਸਾਨਾਂ ਤੱਕ ਪਹੁੰਚਾ ਦਿਓ? ਦੇਖੋ, ਇੱਕ ਤਾਂ ਅੱਜ ਇੱਥੇ ਕੌਮਾਂਤਰੀ ਔਰਤ ਵਰਕਿੰਗ ਡੇ ਸੀਗਾ, ਅੱਜ ਤੁਸੀਂ ਵੇਖਿਆ ਕਿੱਡਾ ਵੱਡਾ ਇੱਥੇ ਇਕੱਠ ਹੋਇਆ। ਇਹ ਪੱਕਾ ਮੋਰਚਾ ਲੱਗ ਗਿਆ ਜਿੱਦ